ਸ੍ਰਿਸ਼ਟੀ ਕਾਇਨਾਤ ਉਤਕਲ ਵਿੱਚ ਕਲਿੰਗਾ ਸਾਗਰ ਦੇ ਸਮੁੰਦਰੀ ਤੱਟ ਉੱਤੇ ਗਰਮ ਜੋਸ਼ੀ ਨਾਲ ਲਰਵੇਸ ਪ੍ਰਕਿਰਤੀਵਾਦੀ ਦਾ ਅਲੌਕਿਕ ਅਹਿਸਾਸ। ਸਿਰਜਣਹਾਰ ਦੀ ਸਿਰਜਣਾ ਦੀ ਉਪਮਾ ਵਿੱਚ ਗੁਰੂ ਨਾਨਕ ਨੇ ਕਾਇਨਾਤੀ ਤਰਾਨਾ ਸੁਰਬਤ ਕੀਤਾ। ਲੋਕਾਂ ਨੂੰ ਠਾਕੁਰ ਨਾਨਕ ਪਸੰਦ ਹੈ। ਉਹ 500 ਸਾਲ ਪਹਿਲਾਂ ਪਿੰਡ ਪਿੰਡ ਗਏ, ਉਹ ਲੋਕਾਂ ਦੇ ਦਿਲ ਦਿਮਾਗ ਵਿੱਚ ਵਸੇ ਹਨ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਗੁਰ ਪ੍ਰਸਾਦ ਸ਼ਬਦਾਂ ਦੀ ਅਥਾਹ ਸ਼ਕਤੀ ਮਨੁੱਖ ਅੰਦਰ ਅਜਿਹੀ ਕੀਮੀਆ ਸਾਜ਼ੀ ਕਰਦੀ ਹੈ ਜੋ ਢਾਹੂ ਮਨੁੱਖ ਨੂੰ ਉਸਾਰੂ ਜੀਵ ਵਿੱਚ ਤਬਦੀਲ ਕਰ ਦਿੰਦੀ ਹੈ। ਸ਼ਬਦਾਂ ਦੀ ਮਰਹਮ ਨਾਲ ਦਿਲਾਸਾ ਦੇਣ ਤੋਂ ਵੱਡੀ ਕੋਈ ਸ਼ੈ ਨਹੀਂ ਹੈ। ਦੂਜਾ ਪਾਸਾ ਇਹ ਵੀ ਹੈ ਕਿ ਹੌਸਲਾ ਤੋੜਨ ਵਾਲੇ ਬੋਲ ਤੋਂ ਜ਼ਿਆਦਾ ਢਾਹੂ ਵੀ ਕੁਛ ਨਹੀਂ ਹੁੰਦਾ। ਗੁਰੂ ਨਾਨਕ ਨੇ ਆਖਿਆ ਕਿ ਜੇ ਕੋਈ ਸ਼ਬਦਾਂ ਦੇ ਇਸ ਨੇਮ ਨੂੰ ਨਜ਼ਰ ਅੰਦਾਜ਼ ਕਰੇ ਤਾਂ ਉਹ ਆਪਣੇ ਆਪ ਅਤੇ ਦੂਜਿਆਂ ਲਈ ਦੁੱਖ ਹੀ ਸਹਿੜਦਾ ਹੈ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਕੋਲਕਾਤਾ ਤੋਂ ਕਟਕ ਅਤੇ ਪੁਰੀ ਦਾ ਸਫ਼ਰ ਕੀਤਾ। ਉਹ ਪੁਰਾਣੀ ਜਗਨਨਾਥ ਸੜਕ ਉੱਤੇ ਸਫ਼ਰ ਕਰਦੇ ਹੋਏ ਪਹਿਲਾਂ ਉੜੀਸਾ ਸੂਬੇ ਦੀ ਪੁਰਾਣੀ ਰਾਜਧਾਨੀ ਕਟਕ ਪਹੁੰਚੇ। ਕਟਕ ਦੀ ਯਾਤਰਾ ਦੌਰਾਨ ਸਾਨੂੰ ਕਈ ਉੜੀਸਾ ਵਾਸੀਆਂ ਨਾਲ ਮਿਲਣ ਦਾ ਮੌਕਾ ਮਿਲਿਆ ਜਿਨ੍ਹਾਂ ਦੀ ਜ਼ਿੰਦਗੀ ਉੱਤੇ ਗੁਰੂ ਨਾਨਕ ਦੀਆਂ ਸਿੱਖਿਆਵਾਂ ਦਾ ਚੋਖਾ ਅਸਰ ਹੈ। ਸਾਡੀ ਪਹਿਲੀ ਮੁਲਾਕਾਤ ਸੰਜੀਵ ਚੰਦਰ ਹੋਤਾ ਨਾਲ ਹੋਈ ਜੋ ਇੰਡੀਆ ਇੰਤਜ਼ਾਮੀਆ ਸੇਵਾ ਵਿੱਚੋਂ ਬਤੌਰ ਅਫਸਰ ਸੇਵਾ ਮੁਕਤ ਹੋਏ ਹਨ।
ਉਹਨਾਂ ਦੇ ਰੋਜ਼ਾਨਾ ਮਜ਼ਹਬੀ ਦਸਤੂਰ ਵਿੱਚ ਗੁਰੂ ਨਾਨਕ ਦਾ ਸ਼ਬਦ ਜਪ ਦਾ ਪਾਠ ਸ਼ਾਮਿਲ ਹੈ। ਮੈਨੂੰ ਇਹ ਕਹਿਣ ਲਈ ਮੁਆਫ ਕਰਨਾ ਕਿ ਮੈਂ ਤਥਾਕਿਤ ਉੱਚ ਕੁੱਲ ਬ੍ਰਾਹਮਣ ਹਾਂ। ਮੇਰੇ ਮਨ ਵਿੱਚ ਗੁਰੂ ਨਾਨਕ ਦੇਵ ਬਾਰੇ ਹੋਰ ਜਾਣਨ ਦੀ ਜਗਿਆਸਾ ਸੀ। ਗੁਰੂ ਨਾਨਕ ਦੇਵ, ਮੇਰੇ ਇੱਕ ਸਿੱਖ ਦੋਸਤ ਨੇ ਮਿਹਰਬਾਨੀ ਕਰਕੇ ਮੈਨੂੰ ਗੁਰੂ ਗ੍ਰੰਥ ਸਾਹਿਬ ਦੀ ਛੋਟੀ ਬੀੜ ਦਿੱਤੀ ਜੋ ਮੈਂ ਆਪਣੇ ਘਰ ਰੱਖੀ ਹੈ, ਅਤੇ ਮੈਂ ਸਵੇਰੇ ਆਪਣੀ ਪੂਜਾ ਮੂਲ ਮੰਤਰ ਦੇ ਜਾਪ ਨਾਲ ਕਰਦਾ ਹਾਂ। ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਵਿੱਚੋਂ ਤਿੰਨ ਚੀਜ਼ਾਂ ਮੇਰਾ ਦਿਲ ਟੁੰਬਦੀਆਂ ਹਨ। ਪਹਿਲਾ ਸਿਰਜਣਹਾਰ ਇੱਕ ਹੈ, ਦੂਜਾ ਉਹ ਸਰਵ ਸ਼ਕਤੀਮਾਨ ਹੈ ਜਿਸ ਨਾਲ ਸਮੁੱਚਾ ਜਗਤ ਗਤੀ ਵਿੱਚ ਹੈ, ਅਤੇ ਤੀਜਾ ਆਲਮੀ ਭਾਈਚਾਰਾ ਚੰਗੇ ਕਰਮਾਂ ਦਾ ਰਾਹ ਹੈ। ਗੁਰੂ ਨਾਨਕ ਦੀਆਂ ਇਹਨਾਂ ਤਿੰਨਾਂ ਸਿੱਖਿਆਵਾਂ ਨੇ ਮੇਰੇ ਦਿਲ ਨੂੰ ਛੂਹਿਆ ਅਤੇ ਮੈਨੂੰ ਉਹਨਾਂ ਦੇ ਰਾਹ ਉੱਤੇ ਪਾ ਲਿਆ। ਕਟਕ ਨੂੰ ਜਾਂਦੇ ਹੋਏ ਅਸੀਂ ਪਿੰਡ ਬਿਰੰਚੀਪੁਰ ਦੇ ਮੁਹਤਬਰ ਭਾਸਕਰ ਚੰਦਰ ਸਾਹੂ ਨੂੰ ਮਿਲਣ ਲਈ ਰੁਕੇ ਹਾਂ। ਵੀਹਾਂ ਦੇ ਸ਼ੁਰੂ ਵਿੱਚ ਬ੍ਰਿਟਿਸ਼ ਇੰਡੀਆ ਸਰਕਾਰ ਦਾ ਇੱਕ ਸਿੱਖ ਇੰਤਜ਼ਾਮੀਆ ਅਫਸਰ ਇਸ ਇਲਾਕੇ ਵਿੱਚ ਤਾਇਨਾਤ ਸੀ, ਜਿਸ ਦਾ ਇਸ ਪਿੰਡ ਦੇ ਵਾਸੀਆਂ ਉੱਤੇ ਚੋਖਾ ਅਸਰ ਪਿਆ। ਤੋਂ ਬਾਅਦ ਇਸ ਪਿੰਡ ਦੇ ਵਾਸੀਆਂ ਦਾ ਨੇਮ ਬਣ ਗਿਆ ਕਿ ਉਹ ਆਪਣੇ ਰੋਜ਼ਾਨਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਸਵੇਰੇ ਮੰਦਿਰ ਵਿੱਚ ਗੁਰੂ ਨਾਨਕ ਦੀ ਬਾਣੀ ਵਿੱਚੋਂ ਜਪਜੀ ਦਾ ਪਾਠ ਕਰਦੇ ਹਨ। ਪਿੰਡ ਵਾਸੀ ਇਸ ਅਸਥਾਨ ਨੂੰ ਗੁਰਦੁਆਰਾ ਆਖਦੇ ਹਨ। ਪਿੰਡ ਵਾਸੀਆਂ ਨੇ ਆਪਣੇ ਗ੍ਰਾਮ ਵਿੱਚ ਗੁਰੂ ਨਾਨਕ ਦੀ ਬਾਣੀ ਲਿਆਉਣ ਵਾਲੇ ਸਿੱਖ ਅਫਸਰ ਦੇ ਸਤਿਕਾਰ ਵਜੋਂ ਉਸ ਦਾ ਕੜਾ ਅਤੇ ਪੋਥੀ ਸੰਭਾਲ ਰੱਖੀ ਹੈ। ਇਹ ਪੋਥੀ ਪੁਰਾਣੇ ਅੰਦਾਜ਼ ਦੀ ਗੁਰਮੁਖੀ ਹੱਥ ਲਿਖਤ ਹੈ ਜੋ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਹਨ। ਪਿੰਡ ਵਾਸੀਆਂ ਨੂੰ ਗੁਰਮੁਖੀ ਪੜ੍ਹਨੀ ਨਹੀਂ ਆਉਂਦੀ, ਪਰ ਗੁਰੂ ਨਾਨਕ ਦੀ ਬਾਣੀ ਨੂੰ ਸਮਝਣ ਦੀ ਜਗਿਆਸਾ ਪੂਰੀ ਕਰਨ ਲਈ ਉਹਨਾਂ ਨੇ 2 ਜਿਲਦਾਂ ਵਿੱਚ ਛਪਿਆ ਹਿੰਦੀ ਵਾਲਾ ਗੁਰੂ ਗ੍ਰੰਥ ਸਾਹਿਬ ਖਰੀਦ ਲਿਆਂਦਾ ਹੈ। ਲੋਕਾਂ ਨੂੰ ਠਾਕੁਰ ਨਾਨਕ ਪਸੰਦ ਹੈ। ਉਹ 500 ਸਾਲ ਪਹਿਲਾਂ ਪਿੰਡ ਪਿੰਡ ਗਏ। ਉਹ ਲੋਕਾਂ ਦੇ ਦਿਲ ਦਿਮਾਗ ਵਿੱਚ ਵਸੇ ਹਨ। ਅਸੀਂ ਗ੍ਰੰਥ ਦੀ ਪੂਜਾ ਕਰਦੇ ਹਾਂ।
ਨਾਨਕ ਕੰਟੀਨਿਊਸ ਟੂ ਲਿਵ ਇਨ ਦੀ ਹਾਰਟ। ਗੁਰੂ ਨਾਨਕ ਬਿਰੰਚੀਪੁਰ ਦੇ ਨਾਨਕ ਪੰਥੀ ਉੜੀਆ ਪਰਿਵਾਰਾਂ ਦੇ ਦਿਲ ਵਿੱਚ ਵਸਦੇ ਹਨ। ਗੁਰੂ ਨਾਨਕ ਦਾ ਫਲਸਫਾ ਉਹਨਾਂ ਦੀ ਜ਼ਿੰਦਗੀ ਦੀ ਪ੍ਰੇਰਣਾ ਹੈ। ਕਟਕ ਨੂੰ ਜਾਂਦੇ ਹੋਏ ਆਪਣੇ ਸਫ਼ਰ ਦੌਰਾਨ ਅਸੀਂ ਭਦਰਕ ਪਿੰਡ ਵਿੱਚ ਰੁਕੇ ਹਾਂ। ਗੁਰੂ ਨਾਨਕ ਦੀਆਂ ਉਦਾਸੀਆਂ ਦਾ ਅਸਰ ਵੱਖ ਵੱਖ ਸੱਭਿਆਚਾਰ ਵਾਲੇ ਲੋਕਾਂ ਉੱਤੇ ਪਿਆ। ਉੜੀਸਾ ਦੇ ਇਸ ਛੋਟੇ ਜਿਹੇ ਪਿੰਡ ਵਿੱਚ ਨਾਟਕ ਖੇਡਿਆ ਜਾਂਦਾ ਹੈ, ਜਿਸ ਵਿੱਚ ਗੁਰੂ ਨਾਨਕ ਦੀਆਂ ਵਹਿਦਤ ਵਾਲੀਆਂ ਆਲਮੀ ਕਦਰਾਂ ਕੀਮਤਾਂ ਦੀ ਵਜ਼ਾਹਤ ਕੀਤੀ ਜਾਂਦੀ ਹੈ। ਸਦਾ ਮਗਨ ਮੈਂ ਰਹਿਣਾ ਜੀ, ਮੱਟੀ ਮੈਂ ਇਹ ਬਦਨ ਬਣਿਆ ਹੈ, ਯਾਦ ਹਰਦਮ ਰੱਖਣਾ ਜੀ, ਕੌਣ ਜਾਣੇ ਕਬ ਦਮ ਛੁਟੇਗਾ, ਇਸ਼ਕਾ ਨਹੀਂ ਠਿਕਾਣਾ ਜੀ। ਮੇਰਾ ਨਾਮ ਰਾਮ ਪ੍ਰਸਾਦ ਮਹੰਤੀ ਹੈ। ਮੇਰੀ ਉਮਰ 85 ਸਾਲ ਹੈ ਅਤੇ ਮੈਂ ਉੜੀਆ ਹਾਂ। ਮੈਂ ਮੁਗਲ ਤਮਾਸ਼ੇ ਵਿੱਚ ਅਦਾਕਾਰੀ ਕਰਦਾ ਸਾਂ। ਮੁਗਲ ਤਮਾਸ਼ਾ ਮੁਗਲ ਹਕੂਮਤ ਵੇਲੇ ਲਿਖਿਆ ਗਿਆ। ਇਸ ਤਮਾਸ਼ੇ ਵਿੱਚ ਇੱਕ ਕਿਰਦਾਰ ਨਾਨਕ ਸਾਹਿਬ ਦਾ ਹੈ, ਮੈਂ ਆਪ ਜੀ ਨਾਲ ਸਾਂਝਾ ਕਰਦਾ ਹਾਂ। ਬਤਾਤਾ ਹੂੰ, ਰਾਮ ਰਹਿਮਾਨ ਜੁਦਾ ਨਾ ਕਰੋ, ਦਿਲ ਕੋ ਸੱਚਾ ਰੱਖੋ ਜੀ, ਹਾਂਜੀ ਹਾਂਜੀ ਕਰਤੇ ਰਹੋ, ਦੁਨੀਆਦਾਰੀ ਦੇਖੋ ਜੀ। ਨਾਨਕ ਕਹਿੰਦੇ ਹਨ ਕਿ ਸਭ ਧਰਮਾਂ ਨੂੰ ਬਰਾਬਰ ਸਮਝੋ। ਉਹਨਾਂ ਦੀਆਂ ਸਿੱਖਿਆਵਾਂ ਦਾ ਮੂਲ ਇਹੋ ਹੈ। ਮੌਜੂਦਾ ਦੌਰ ਵਿੱਚ ਵੀ ਅਸੀਂ ਮੁਗਲ ਨਾਟਕ ਖੇਡਦੇ ਹਾਂ ਤਾਂ ਨਾਨਕ ਜੀ ਦਾ ਇਹੋ ਕਿਰਦਾਰ ਹੁੰਦਾ ਹੈ। ਪਾਪੇ ਪਾਤ ਸਾ ਪਰਮੇਸਰ, ਵੇਖਣ ਕੋ ਪਰ ਪੰਚ ਕਿਆ, ਦੇਖੇ ਬੂਝੇ ਸਭ ਕਿਛ ਜਾਣੇ, ਅੰਤਰ ਬਾਹਰ ਰਵ ਰਹਿਆ। ਗੁਰੂ ਨਾਨਕ ਦੁਨੀਆ ਨੂੰ ਸਿਰਜਣਹਾਰੇ ਦੇ ਸਾਜੇ ਮੰਚ ਵਜੋਂ ਦੇਖਦੇ ਹਨ, ਜੋ ਆਪਣੇ ਵਜੂਦ ਦੀਆਂ ਬਿਰਤੀਆਂ ਰਾਹੀਂ ਅਹਿਸਾਸ ਕਰਦਾ ਹੈ। ਇਸ ਦਾ ਮਾਇਨਾ ਹੈ ਕਿ ਸਿਰਜਣਹਾਰ ਦਾ ਸਾਡੇ ਵਿੱਚ ਅਤੇ ਸਾਡਾ ਸਿਰਜਣਹਾਰ ਵਿੱਚ ਵਾਸਾ ਹੈ। ਕੁੱਲ ਮਿਲਾ ਕੇ ਅਸੀਂ ਇੱਕ ਹਾਂ। ਅਸੀਂ ਹੁਣ ਭਦਰਕ ਤੋਂ ਗੁਰਦੁਆਰਾ ਦਾਤਨ ਸਾਹਿਬ ਜਾਣ ਲਈ ਕਟਕ ਜਾ ਰਹੇ ਹਾਂ। ਅਤੇ ਭਾਈ ਮਰਦਾਨਾ ਦੇ ਕਟਕ ਵਿੱਚ ਕਿਆਮ ਦੀ ਯਾਦ ਵਿੱਚ ਇਹ ਅਸਥਾਨ ਮਹਾਨ ਨਦੀ ਦੇ ਕਿਨਾਰੇ ਬਣਾਇਆ ਗਿਆ ਹੈ। ਕਟਕ ਗੁਰੂ ਨਾਨਕ ਦੇ ਸਮੇਂ ਵਿੱਚ ਉੜੀਸਾ ਇਲਾਕੇ ਦੀ ਰਾਜਧਾਨੀ ਸੀ। ਜਗਨਨਾਥ ਦੀ ਯਾਤਰਾ ਦੇ ਪੁਰਾਣੇ ਰਾਹ ਵਿੱਚ ਕਟਕ ਪੈਂਦਾ ਹੈ।
ਜੋ ਕਾਠਾ ਜੋੜੀ ਅਤੇ ਮਹਾਨਦੀ ਨਾਮ ਦੀਆਂ ਦੋ ਨਦੀਆਂ ਦੇ ਵਿਚਕਾਰ ਵਸਿਆ ਹੈ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਇਸ ਰਾਹ ਤੋਂ ਕਟਕ ਦਾ ਸਫ਼ਰ ਕੀਤਾ ਅਤੇ ਉੱਥੇ ਰਾਜਾ ਅਤੇ ਆਵਾਮ ਨਾਲ ਗੋਸ਼ਟ ਕੀਤਾ। ਉਸ ਵੇਲੇ ਦਾ ਉੜੀਸਾ ਦਾ ਰਾਜਾ ਪ੍ਰਤਾਪ ਰੁਦਰਾ ਦੇਵ ਸੀ, ਜੋ ਵੈਸ਼ਨਵੀ ਮਜ਼ਹਬੀ ਬਿਰਤੀ ਵਾਲਾ ਨਿਮਾਣਾ ਬੰਦਾ ਸੀ। ਗੁਰੂ ਨਾਨਕ ਅਤੇ ਭਾਈ ਮਰਦਾਨਾ ਦੇ ਆਉਣ ਦੀ ਖ਼ਬਰ ਸੁਣ ਕੇ ਰਾਜਾ ਆਪ ਮਿਲਣ ਲਈ ਪਹੁੰਚਿਆ। ਰੂਹਾਨੀ ਜਗਿਆਸਾ ਵਾਲੇ ਰਾਜਾ ਨੇ ਗੁਰੂ ਨਾਨਕ ਨੂੰ ਪੁੱਛਿਆ ਕਿ ਸਿਰਜਣਹਾਰੇ ਦੀ ਰਮਜ਼ ਕਿਵੇਂ ਸਮਝੀ ਜਾਵੇ, ਕਿਉਂਕਿ ਉਸ ਦੀ ਸਿਰਜਣਾ ਦਾ ਖਾਸਾ ਬਹੁਤ ਵਸੀ ਹੈ। ਗੁਰੂ ਨਾਨਕ ਨੇ ਆਪਣਾ ਨਜ਼ਰੀਆ ਸਮਝਾਉਣ ਲਈ ਕੁਦਰਤ ਦੀਆਂ ਮਿਸਾਲਾਂ ਦਿੰਦੇ ਹੋਏ ਗਾਇਆ। ਸਰਵਰ ਕਮਲ ਨੂਭ ਸਦਾ ਬੇਗਾਸੈ ਪਰਮਲ ਰੂਪ ਉਜਲ ਮੋਤੀ ਸਰਬ ਕਲਾ ਜਗਦੀਸ ਅੰਸ ਜੋ ਦੇਸ ਸੋ ਉਪਜੈ ਬਿਨ ਸੈ ਬਿਨ ਜਲ ਸਰਵਰ ਕਮਲ ਨਾ ਦੇਸੈ। ਸਮੁੱਚੀ ਸਿਰਜਣਾ ਸਿਰਜਣਹਾਰੇ ਦਾ ਅੰਸ਼ ਹੈ, ਜਿਸ ਵਿੱਚ ਉਸਾਰੂ ਅਤੇ ਢਾਹੂ ਤੱਤ ਅਟੁੱਟ ਹਨ। ਗੁਰੂ ਨਾਨਕ ਨੇ ਕਿਹਾ ਕਿ ਸਿਰਜਣਾ ਦੇ ਗੁਣਾਂ ਰਾਹੀਂ ਹੀ ਸਿਰਜਣਹਾਰੇ ਦਾ ਅਹਿਸਾਸ ਹੋ ਸਕਦਾ ਹੈ। ਢਾਹੂ ਪੱਖ ਉਸਾਰੂ ਗੁਣਾਂ ਨੂੰ ਗ੍ਰਹਿਣ ਕਰਨ ਦੀ ਯਾਦ ਦਿਹਾਨੀ ਲਈ ਹਨ। ਅਸੀਂ ਗੁਰਦੁਆਰਾ ਦਾਤਨ ਸਾਹਿਬ ਤੋਂ ਕੁਝ ਫਾਸਲੇ ਉੱਤੇ ਮਹਾਨਦੀ ਦੇ ਕਿਨਾਰੇ ਜਾ ਰਹੇ ਹਾਂ, ਜਿਸ ਅਸਥਾਨ ਉੱਤੇ ਸਹਾੜਾ ਦੇ ਰੁੱਖ ਦੀ ਮਾਨਤਾ ਹੈ। ਇਹ ਦੱਸਿਆ ਜਾਂਦਾ ਹੈ ਕਿ ਚੇਤਨ ਨਾਮ ਦੇ ਸ਼ਰਧਾਲੂ ਨੇ ਗੁਰੂ ਨਾਨਕ ਨੂੰ ਸਹਾੜਾ ਦੇ ਰੁੱਖ ਦੀ ਦਾਤਣ ਦਿੱਤੀ ਸੀ। ਗੁਰੂ ਨਾਨਕ ਨੇ ਇਹ ਦਾਤਣ ਦੀ ਕਲਮ ਲਗਾ ਦਿੱਤੀ, ਜੋ ਬਾਅਦ ਵਿੱਚ ਰੁੱਖ ਬਣ ਗਈ। ਇਸ ਬਿਰਤਾਂਤ ਦਾ ਪੁਰਾਣੀਆਂ ਜਨਮ ਸਾਖੀਆਂ ਵਿੱਚ ਜ਼ਿਕਰ ਨਹੀਂ ਆਉਂਦਾ। ਜਦੋਂ 1930 ਵਿੱਚ ਪੁਰਾਣਾ ਰੁੱਖ ਖਤਮ ਹੋ ਗਿਆ ਤਾਂ ਉਸ ਦੀ ਥਾਂ ਇਹ ਨਵਾਂ ਰੁੱਖ ਲਗਾਇਆ ਗਿਆ ਸੀ। ਇਹ ਰੁੱਖ ਦੀ ਮਾਨਤਾ ਨੂੰ ਦੇਖ ਕੇ ਮੈਂ ਸੋਚਦਾ ਹਾਂ ਕਿ ਮਨੁੱਖਾ ਮਨ ਗਤੀਮਾਨ ਪਦਾਰਥ ਰੂਪ ਵਿੱਚ ਕਿਵੇਂ ਉਲਝ ਜਾਂਦਾ ਹੈ, ਜਦੋਂ ਕਿ ਗੁਰੂ ਨਾਨਕ ਨੇ ਆਪਣੇ ਫਲਸਫੇ ਵਿੱਚ ਸਿਰਜਣਾ ਦੇ ਹਰ ਪੱਖ ਦੇ ਸਤਿਕਾਰ ਦੀ ਵਕਾਲਤ ਕੀਤੀ ਹੈ।
ਸੁਮਾਰ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਕਟਕ ਤੋਂ ਜਗਨਨਾਥ ਵਾਲੀ ਪੁਰਾਣੀ ਸੜਕ ਉੱਤੇ ਬੰਗਾਲ ਦੀ ਖਾੜੀ ਦੇ ਨਾਲ ਨਾਲ ਪੁਰੀ ਦਾ ਸਫ਼ਰ ਕੀਤਾ। ਗੁਰੂ ਨਾਨਕ ਦੇ ਰਾਜੇ ਉੱਤੇ ਉਸਾਰੂ ਅਸਰ ਬਾਰੇ ਸੁਣ ਕੇ ਕਲਯੁਗ ਨਾਮ ਦੇ ਪੰਡਿਤ ਨੂੰ ਆਪਣਾ ਰੁਤਬਾ ਖੁਸ ਜਾਣ ਦਾ ਖਦਸ਼ਾ ਹੋਇਆ। ਉਸ ਉਪਰੰਤ ਉਹ ਪੁਰੀ ਸ਼ਹਿਰ ਦੇ ਬਾਹਰ ਗੁਰੂ ਨਾਨਕ ਨੂੰ ਮਿਲਿਆ। ਉਸਨੇ ਗੁਰੂ ਨਾਨਕ ਨੂੰ ਆਪਣੇ ਗਿਆਨ ਦੀ ਦਲੀਲ ਅਤੇ ਤੰਤਰ ਕਾਲੇ ਜਾਦੂ ਦਾ ਸਾਹਮਣਾ ਕਰਨ ਲਈ ਵੰਗਾਰਿਆ। ਗੁਰੂ ਨਾਨਕ ਨੇ ਨਿਮਾਣੇ ਪਰ ਡੂੰਘੇ ਅੰਦਾਜ਼ ਵਿੱਚ ਜਵਾਬ ਦਿੱਤਾ। ਸਿੱਧ ਹੋਮਾ ਸਿੱਧ ਧਾਈ ਆਖਾ ਆਓ ਉਪਤ ਪ੍ਰਗਟ ਹੋਏ ਬੈਸਾ ਲੋਕ ਰਾਖੈ ਭਾਵੋ ਮਤ ਦੇਖ ਪੂਲਾ ਵਿਸਰੈ ਤੇਰਾ ਚੇਤਨਾ ਆਵੈ ਨਾ। ਸੱਚਾ ਵਿਵੇਕ ਦਾ ਨਿਮਾਣਾ ਹੋਣ ਵਿੱਚ ਹੈ ਫਲਾਂ ਨਾਲ ਲੱਦਿਆ ਰੁੱਖ ਫਲ ਦੇਣ ਲਈ ਝੁਕ ਜਾਂਦਾ ਹੈ। ਜੇ ਕਿਸੇ ਨੂੰ ਗਿਆਨ ਅਮੀਰੀ ਜਾਂ ਤਾਕਤ ਹਾਸਲ ਹੋਈ ਹੈ ਤਾਂ ਉਸ ਨੂੰ ਹਉਮੈ ਭੈ ਅਤੇ ਸਾੜੇ ਦਾ ਤਿਆਗ ਕਰਕੇ ਸ਼ੁਕਰਾਨਾ ਕਰਨਾ ਚਾਹੀਦਾ ਹੈ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਪੰਡਿਤ ਕਲਯੁਗ ਨਾਲ ਮਾਇਨਾ ਖੇਜ ਗੋਸ਼ਟ ਕੀਤਾ ਅਤੇ ਸਮੁੰਦਰ ਦੇ ਕੰਢੇ ਕੰਢੇ ਪੁਰੀ ਲਈ ਚਾਲੇ ਪਾ ਦਿੱਤੇ। ਇਹ ਸ਼ਹਿਰ ਜਗਨਨਾਥ ਨੂੰ ਮਨਸੂਬ ਹੈ ਜੋ ਭਗਵਾਨ ਵਿਸ਼ਨੂੰ ਦੇ ਅਵਤਾਰ ਹਨ। ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਹੁਣ ਅਸੀਂ ਕਟਕ ਤੋਂ ਪੁਰੀ ਜਾ ਰਹੇ ਹਾਂ। ਪੁਰੀ ਵਿੱਚ ਅਸੀਂ ਅਨਿਲ ਧੀਰ ਨੂੰ ਮਿਲਣ ਜਾ ਰਹੇ ਹਾਂ ਜਿਨ੍ਹਾਂ ਨੇ ਆਜ਼ਾਦ ਖੋਜੀ ਵਜੋਂ ਉੜੀਸਾ ਦੇ ਸੂਬੇ ਬਾਰੇ ਬਹੁਤ ਕੁਝ ਖੰਗਾਲਿਆ ਹੈ। ਉੜੀਸਾ ਦਾ ਜਗਨਨਾਥ ਮੰਦਿਰ ਧਾਮਾਂ ਵਿੱਚ ਸ਼ੁਮਾਰ ਹੈ। ਸਦੀਆਂ ਤੋਂ ਇਸ ਸਥਾਨ ਉੱਤੇ ਜਿਆਰਥੀਆਂ ਦੇ ਨਾਲ ਨਾਲ ਸੰਤ ਅਤੇ ਪੀਰ ਫਕੀਰ ਆਉਂਦੇ ਰਹੇ ਹਨ। ਗੁਰੂ ਨਾਨਕ ਉੜੀਸਾ ਆਏ ਤਾਂ ਉਸ ਤੋਂ ਬਾਅਦ ਉੱਤਰ ਵਾਲੇ ਪਾਸੇ ਤੋਂ ਜਿਆਰਥੀਆਂ ਦੀ ਧਾਰਾ ਸ਼ੁਰੂ ਹੋ ਗਈ। ਬਾਅਦ ਵਿੱਚ ਇੱਥੇ ਨਾਨਕਪੰਥੀ ਅਤੇ ਉਦਾਸੀ ਵੀ ਆਏ। ਮੇਰਾ ਮੰਨਣਾ ਹੈ ਕਿ ਨਾਨਕ ਜੀ ਉਦਾਸੀਆਂ ਉੱਤੇ ਪ੍ਰਚਾਰਕ ਵਜੋਂ ਨਹੀਂ ਆਏ ਸਨ, ਉਹ ਆਪ ਅਰਜਮੰਦ ਸਨ।
ਅਸੀਂ ਹੁਣ ਜਗਨਨਾਥ ਮੰਦਿਰ ਜਾ ਰਹੇ ਹਾਂ। ਜਗਨਨਾਥ ਟੈਂਪਲ ਇਜ਼ ਇਨ ਜਗਨਨਾਥ ਮੰਦਿਰ ਹਿੰਦੂ ਧਰਮ ਦਾ ਅਹਿਮ ਤੀਰਥ ਅਸਥਾਨ ਹੈ। ਇਹ ਭਗਵਾਨ ਜਗਨਨਾਥ ਨੂੰ ਸਮਰਪਿਤ ਹੈ, ਜੋ ਭਗਵਾਨ ਵਿਸ਼ਨੂੰ ਦੇ ਅਵਤਾਰ ਹਨ। ਜਗਨ ਦਾ ਮਾਇਨਾ ਜਹਾਨ ਹੈ ਅਤੇ ਨਾਥ ਦਾ ਮਾਇਨਾ ਸਿਰਜਣਹਾਰ ਹੈ। ਮੂਲ ਵਾਸੀਆਂ ਦੀ ਕੁਦਰਤ ਦੀ ਉਪਾਸਨਾ ਕਰਨ ਦੀ ਰੀਤ ਮੁਤਾਬਕ ਜਗਨਨਾਥ ਦੀ ਮੂਰਤੀ ਹਾਲੇ ਵੀ ਸਿਰਫ ਲੱਕੜ ਦੀ ਬਣਾਈ ਜਾਂਦੀ ਹੈ। ਇਹ ਦਸਤੂਰ ਕੁਦਰਤ ਦਾ ਸਰਵ ਸ਼ਕਤੀਮਾਨ ਵਜੋਂ ਸਨਮਾਨ ਕਰਨ ਦੇ ਇਰਾਦੇ ਨਾਲ ਸ਼ੁਰੂ ਹੋਇਆ। ਮੁਕਾਮੀ ਮਨੌਤ ਹੈ ਕਿ ਜਗਨਨਾਥ ਕਾਇਨਾਤ ਦੇ ਬੇਰੋਕ ਮਾਲਕ ਹਨ। ਦਿਲਚਸਪ ਗੱਲ ਇਹ ਹੈ ਕਿ ਅੰਗਰੇਜ਼ੀ ਦੇ ਅੱਖਰ ਜਗਨਨਾਥ ਦੀਆਂ ਜੜ੍ਹਾਂ ਜਗਨਨਾਥ ਦੇ ਗੁਣਾਂ ਨਾਲ ਜੁੜਦੀਆਂ ਹਨ। ਇਸ ਸ਼ਬਦ ਦਾ ਅਰਥ ਅਥਾਹ ਗਾਲਿਬ ਤਾਕਤ ਹੈ। ਜਗਨਨਾਥ ਮੰਦਿਰ ਵਿੱਚ ਹੁੰਦੀ ਆਰਤੀ ਦੇਖ ਕੇ ਹੀ ਗੁਰੂ ਨਾਨਕ ਨੇ ਸ਼ਬਦ ਜੋੜੇ, ਜੋ ਕਰਮ ਕਾਂਡੀ ਅਮਲਾਂ ਦੀ ਥਾਂ ਕੁਦਰਤ ਦੇ ਸਤਕਾਰ ਉੱਤੇ ਜ਼ੋਰ ਦਿੰਦੇ ਹਨ। ਆਰਤੀ ਹੋਏ ਕੈਸੀ ਆਰਤੀ ਹੋਏ ਪਵ ਖੰਡ ਨਾ ਤੇਰੀ ਆਰਤੀ। ਅਨਹਤ ਸ਼ਬਦ ਵਜੰਤ ਪੇਰੀ ਗਗਨ ਮੈਂ ਥਲ ਰਵ ਚੰਦ ਦੀਪਕ ਬਨ ਤਾਰ ਕਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ। ਕੈਸੀ ਆਰਤੀ ਕੈਸੀ ਆਰਤੀ ਕੈਸੀ ਆਰਤੀ ਕੈਸੀ ਆਰਤੀ ਹੋ। ਗੁਰੂ ਨਾਨਕ ਨੇ ਆਖਿਆ ਕਿ ਜਦੋਂ ਹਾਜ਼ਰਾ ਹਜ਼ੂਰ ਦਾ ਇਜ਼ਹਾਰ ਕੁਦਰਤ ਦੇ ਹਰ ਤੱਤ ਵਿੱਚ ਹੁੰਦਾ ਹੈ ਤਾਂ ਇਸ ਵਿਸ਼ਾਲ ਸਿਰਜਣਾ ਦੇ ਕੁਛ ਰੂਪਾਂ ਦੀ ਹੀ ਆਰਾਧਨਾ ਕਰਨਾ ਸਮੁੱਚੀ ਕੁਦਰਤ ਦੀ ਮਹਿਮਾ ਨਹੀਂ ਹੋ ਸਕਦੀ। ਗੁਰੂ ਨਾਨਕ ਦੇ ਪੁਰੀ ਆਉਣ ਦੀ ਯਾਦ ਵਿੱਚ ਉਦਾਸੀ ਸੰਪਰਦਾਇ ਨੇ ਜਗਨਨਾਥ ਮੰਦਿਰ ਦੇ ਲਾਗੇ ਕੁਛ ਅਸਥਾਨ ਬਣਾਏ ਸਨ।
ਇਹਨਾਂ ਅਸਥਾਨਾਂ ਵਿੱਚ ਮੰਗੂ ਮੱਠ ਦਾ ਵੱਡਾ ਨਾਮ ਹੈ। ਅਸੀਂ ਹੁਣ ਮੰਗੂ ਮੱਠ ਜਾ ਰਹੇ ਹਾਂ। ਮੰਗੂ ਮੱਠ ਗੁਰੂ ਨਾਨਕ ਦੇ ਪੁਰੀ ਆਉਣ ਦੀ ਯਾਦ ਵਿੱਚ ਜਗਨਨਾਥ ਮੰਦਿਰ ਦੇ ਸਾਹਮਣੇ ਪਾਸੇ ਬਣਾਇਆ ਗਿਆ ਸੀ। ਭਾਈ ਕਾਹਨ ਸਿੰਘ ਦੇ ਮਹਾਨ ਕੋਸ਼ ਮੁਤਾਬਕ ਗੁਰੂ ਨਾਨਕ ਦੇ ਫਲਸਫੇ ਦਾ ਪ੍ਰਚਾਰ ਕਰਨ ਲਈ ਬਾਵਾ ਮੰਗੂ ਨੇ ਮੰਗੂ ਮੱਠ ਗੁਰਦੁਆਰਾ ਬਣਾਇਆ ਸੀ। ਉਹ ਬਾਲੂ ਹਸਨ ਉਦਾਸੀ ਬਿਰਾਦਰੀ ਵਿੱਚੋਂ ਸਨ। ਬਾਲੂ ਹਸਨ ਦਾ ਜੀਵਨ ਕਾਲ 1564 ਤੋਂ 1660 ਈਸਵੀ ਸੀ। ਇਹ ਦੱਸਿਆ ਜਾਂਦਾ ਹੈ ਕਿ 20ਵੀਂ ਸਦੀ ਦੇ ਅੱਧ ਤੱਕ ਮੰਗੂ ਮੱਠ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀ। ਜਗਨਨਾਥ ਮੰਦਿਰ ਤੋਂ ਕੁਝ ਫਾਸਲੇ ਨਾਲ ਬਾਉਲੀ ਮੱਠ ਹੈ, ਜੋ ਪੰਚਾਇਤੀ ਅਖਾੜੇ ਦੇ ਉਦਾਸੀਆਂ ਨੇ ਸਿੱਖਿਆ ਦੇ ਮਰਕਜ਼ ਵਜੋਂ ਬਣਾਇਆ ਸੀ। ਸੱਚ ਨਾਮ ਗੁਰ ਸ਼ਬਦ ਵਿਚਾਰ, ਗੁਰਮੁਖ ਸੱਚੇ ਸੱਚੈ ਦਰਬਾਰ, ਰਹਾਉ ਸੱਚਾ ਅਰਜ ਸੱਚੀ ਅਰਦਾਸ ਪਹਿਲੇ। ਇਸ ਅਸਥਾਨ ਵਿੱਚ ਮੌਜੂਦ ਪੌੜੀਆਂ ਵਾਲੀ ਬਾਉਲੀ ਦੇ ਵਜੋਂ ਇਸ ਦਾ ਨਾਮ ਬਾਉਲੀ ਮੱਠ ਹੈ। ਇਸ ਸਥਾਨ ਵਿੱਚ ਭਗਵਾਨ ਜਗਨਨਾਥ ਦੀ ਮੂਰਤੀ ਬਿਰਾਜਮਾਨ ਹੈ ਅਤੇ ਨਾਲ ਦੇ ਕਮਰੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਮੇਰਾ ਨਾਮ ਮਹੰਤ ਸੱਤਿਆ ਨਾਰਾਇਣ ਦਾਸ ਜੀ ਹੈ। ਇਹ ਬਾਉਲੀ ਮੱਠ ਉਦਾਸੀ ਸੰਪ੍ਰਦਾਇ ਨਾਲ ਜੁੜਿਆ ਹੋਇਆ ਹੈ। ਮੈਂ ਇੱਥੇ 1960 ਵਿੱਚ ਆਇਆ ਸੀ। ਗੁਰੂ ਨਾਨਕ ਦੇਵ ਜਗਨਨਾਥ ਪੁਰੀ ਆਏ ਸਨ। ਉਹ ਇੱਥੇ ਆਪਣਾ ਧਰਮ ਸਿਖਾਉਣ ਅਤੇ ਬਾਣੀ ਸੁਣਾਉਣ ਆਏ ਸਨ। ਅਸੀਂ ਇੱਥੇ ਗੁਰੂ ਗ੍ਰੰਥ ਸਾਹਿਬ ਰੱਖਿਆ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਦਾ ਹਿੰਦੀ ਤਰਜਮਾ ਪੜ੍ਹਦੇ ਹਾਂ। ਤੋਤੇ ਟੇਕਾ ਨਾਮ ਸਮਾਲ ਹੈ, ਉੱਥੇ ਨਿਭੇ ਨਾਲ ਗੁਣ ਨਾਵੇ ਹੋਰ ਕਰਮ ਨ ਪਾਲ, ਪੂਜਾ ਪ੍ਰੇਮ ਮਾਇਆ ਪਰ ਜਾਲ, ਕੋ ਵੇਖੋ ਅਵਰ ਨ ਪਾਲ। ਜਗਨਨਾਥ ਮੰਦਿਰ ਦੇ ਪੱਛਮੀ ਦਰਵਾਜ਼ੇ ਦੇ ਸਾਹਮਣੇ ਪੰਜਾਬੀ ਮੱਠ ਹੈ, ਜਿਸ ਦਾ ਨਾਮ ਪਹਿਲਾਂ ਨਾਨਕ ਮੱਠ ਹੁੰਦਾ ਸੀ। ਇਹ ਵੀ ਉਦਾਸੀ ਸੰਪਰਦਾਇ ਨੇ ਬਣਾਇਆ ਸੀ। ਗੁਰੂ ਨਾਨਕ ਦੇ ਪੁਰੀ ਆਉਣ ਦੀ ਯਾਦ ਵਿੱਚ 2009 ਦੌਰਾਨ ਸਿੱਖ ਬਿਰਾਦਰੀ ਨੇ ਗੁਰਦੁਆਰਾ ਸ਼੍ਰੀ ਆਰਤੀ ਸਾਹਿਬ ਦੀ ਉਸਾਰੀ ਕੀਤੀ। ਜਦੋਂ ਗੁਰੂ ਨਾਨਕ ਹਾਲੇ ਪੁਰੀ ਵਿੱਚ ਹੀ ਸਨ ਤਾਂ ਕਟਕ ਤੋਂ ਰਾਜਾ ਪ੍ਰਤਾਪੁਦਰਾ ਦੇਵ ਉਹਨਾਂ ਨੂੰ ਦੁਬਾਰਾ ਮਿਲਣ ਆਏ। ਰਾਜੇ ਦਾ ਸਵਾਲ ਸੀ ਕਿ ਆਪੇ ਦੀ ਸੋਝੀ ਕਿਵੇਂ ਹਾਸਿਲ ਕੀਤੀ ਜਾ ਸਕਦੀ ਹੈ। ਨਿਰਮਲ ਨਾ
ਪੂਰਨ ਪੂਰ ਰਹਿਆ ਬਿਖ ਮਾਰ ਤ੍ਰਿਕੁਟੀ ਛੂਟੀ ਬਿਮਲ ਮਝਾਰ ਗੁਰ ਕੀ ਮਤ ਜੀ ਆਇਕਾਰ। ਗੁਰੂ ਨਾਨਕ ਨੇ ਜ਼ਿਕਰ ਕੀਤਾ ਕਿ ਆਪੇ ਦੀ ਸੋਝੀ ਸੋਚਾਂ ਦੀ ਪਾਕੀਜ਼ਗੀ ਹੇਠਾਂ ਲੁਕੀ ਹੁੰਦੀ ਹੈ। ਇਸ ਨੂੰ ਸਰਗਰਮ ਸੋਚ ਵਿਚਾਰ ਅਤੇ ਸਿਰਜਣਾ ਦੇ ਏਕੇ ਨੂੰ ਮਨ ਵਿੱਚ ਵਸਾ ਕੇ ਹੀ ਹਾਸਲ ਕੀਤਾ ਜਾ ਸਕਦਾ ਹੈ। ਅੰਦਾਜ਼ਾ ਲਾਓ ਕਿ 530 ਸਾਲ ਪਹਿਲੇ ਇੱਥੇ ਆਉਣਾ ਕਿੰਝ ਹੋਏਗਾ। ਅਣਜਾਣ ਧਰਤੀ, ਅਣਜਾਣ ਬੋਲੀ, ਇਸ ਦੇ ਬਾਵਜੂਦ ਉਹ ਇੰਨਾ ਅਸਰ ਛੱਡ ਗਏ। ਉਹ ਅਸਰ ਕਾਇਮ ਹੀ ਨਹੀਂ ਰਿਹਾ, ਸਗੋਂ ਲਗਾਤਾਰ ਵੱਧਦਾ ਗਿਆ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਸਿੱਖ ਧਰਮ ਲਈ ਸਨ। ਉਹਨਾਂ ਨੇ ਦੂਜੇ ਧਰਮਾਂ ਉੱਤੇ ਅਸਰ ਕੀਤਾ। ਉਹਨਾਂ ਦੇ ਕਾਇਨਾਤੀ ਪੰਥ ਨੂੰ ਦੂਜੀ ਸੰਪਰਦਾਵਾਂ ਨੇ ਖੁਸ਼ੀ ਖੁਸ਼ੀ ਤਸਲੀਮ ਕੀਤਾ। ਹਿੰਦੂ ਸੰਪਰਦਾਵਾਂ, ਮੁਸਲਮਾਨਾਂ ਸੰਪਰਦਾਵਾਂ ਅਤੇ ਸੂਫੀਆਂ ਨੇ ਇਸ ਅਸਰ ਨੂੰ ਕਬੂਲ ਕੀਤਾ। ਮੈਂ ਅਕਸਰ ਸੋਚਦਾ ਹਾਂ ਕਿ ਮੇਰੇ ਲਈ ਆਪਣੇ ਅਮਲਾਂ ਬਾਬਤ ਸੋਚਣ ਦੀ ਥਾਂ ਦੂਜਿਆਂ ਉੱਤੇ ਉਂਗਲੀ ਚੁੱਕਣਾ ਸੁਖਾਲਾ ਹੈ। ਗੁਰੂ ਨਾਨਕ ਦਾ ਇਹ ਸੁਨੇਹਾ ਮੇਰੇ ਜੀਵਨ ਦਾ ਹਿੱਸਾ ਕਿਉਂ ਨਹੀਂ ਬਣਦਾ ਹੈ ਕਿ ਜਦੋਂ ਹਉਮੈ ਦਾ ਪਰਦਾ ਚਾਕ ਹੁੰਦਾ ਹੈ ਤਾਂ ਅਹਿਸਾਸ ਦੇ ਬੂਹੇ ਖੁੱਲ੍ਹ ਜਾਂਦੇ ਹਨ।